जी दोस्तों एक बार फिर थोड़ा बहुत बहुत स्वागत है जिंदर गेल शो 1350 AM ते अरमान ईशान तो एक बार फिर पुछते हैं कि आप कि स्वागत करी दा ओके कौन पहला स्वागत करूगा अरमान ईशान चलो कि करी दा आप कि कही जो कही दा तुसी सुन रहे हो किदा कही दा अरमान दी टर्न है अरमान देख दिया तू ठीक बोलदा ओके किदा कहंदे इदां की किदा बोली दा आपां वी तुसी सुन रहे हो सुनियो हरजिंदर गिल शो ऑन पंजाबी ओनली ऑन 1350 AM ਨੀ ਮੈਂ ਉਹ ਨਹੀਂ ਕਹਿੰਦਾ ਤੂੰ ਨਹੀਂ ਕਹਿੰਦਾ ਓਨਲੀ ਇਸ਼ਾਨ ਹੀ ਤਾਂ ਕਹਿੰਦਾ ਹਾਂਜੀ ਕਿੱਦਾਂ ਕਹਿੰਦਾ ਆ ਓਕੇ ਆਪਣੇ ਨਾਲ ਗੁਰਮੀਤ ਸਿੰਘ ਜੀ ਨੇ ਦੇਖਦੇ ਆ ਉਹ ਕੀ ਕਹਿੰਦੇ ਆ ਹਾਂਜੀ ਗੁਰਮੀਤ ਜੀ ਸਤਿ ਸ਼੍ਰੀ ਅਕਾਲ ਜੀ ਜਿਦਾਂ ਹੁਣ ਅਸੀਂ ਬੱਚਿਆਂ ਨਾਲ ਪਿਆਰ ਕਰਨ ਵਾਲੇ ਹਾਂ ਬੱਚਿਆਂ ਦੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਮੈਂ ਕਿਹਾ ਇਹਨਾਂ ਨੂੰ ਨਾ ਹੀ ਪੁੱਛ ਲੈਂਦੇ ਆ ਕੀ ਆ ਹਾਂ ਬਈ ਤੇਰਾ ਨਾਂ ਕੀ ਆ ਓਕੇ ਅੰਕਲ ਪੁੱਛਦੇ ਤੁਹਾਡਾ ਨਾਂ ਕੀ ਆ ਅਰਮਾਨ ਪੂਰਾ ਨਾਮ ਕੀ ਆ ਅਰਮਾਨ ਸਿੰਘ ਗਿੱਲ ਓਕੇ ਤੁਹਾਡਾ ਕੀ ਨਾਮ ਆ ਇਸ਼ਾਨ ਸਿੰਘ ਗਿੱਲ ਓਕੇ ਅਰਮਾਨ ਸਿੰਘ ਗਿੱਲ ਤੇ ਇਸ਼ਾਨ ਸਿੰਘ ਗਿੱਲ ਓਕੇ ਪਤਾ ਕੀ ਹੋਇਆ ਸੀਗਾ ਪਰਸੋਂ ਇਸ਼ਾਨ ਸਿੰਘ ਅਸੀਂ ਫਰਾਈਡੇ ਕੀ ਹੋ ਗਿਆ ਭਾਜੀ ਪੰਗਾ ਪੈ ਗਿਆ ਸਾਡਾ ਪਰਸੋਂ ਫਰਾਈਡੇ ਪੰਗਾ ਪੈ ਗਿਆ ਮੈਂ ਸਹਿਜ ਨੂੰ ਸਟੂਡੀਓ ਲੈ ਆਇਆ ਤੇ ਜਦੋਂ ਅਸੀਂ ਘਰ ਗਏ ਦੋਨੇ ਜਣੇ ਸਾਡੇ ਨਾਲ ਗੁੱਸੇ ਹੋ ਗਏ ਸਹਿਜ ਨੂੰ ਜਾਂਦੇ ਕਹਿੰਦੇ ਸਹਿਜ ਨੂੰ ਅਰਮਾਨ ਕਹਿੰਦਾ ਸੀ ਆਈ ਹੇਟ ਯੂ ਨਿਸ਼ਾਨ ਨਿਸ਼ਾਨ ਕਹਿੰਦਾ ਆਈ ਹੇਟ ਯੂ ਨੂੰ ਕਹਿੰਦਾ ਅੱਛਾ ਨੋਰਮਲੀ ਕੀ ਹੁੰਦਾ ਜਦੋਂ ਅਸੀਂ ਡੋਰ ਓਪਨ ਕਰਦੇ ਨਾ ਭਾਜੀ ਤੇ ਇਹ ਦੋਨੋਂ ਜਾਣੇ ਭੱਜ ਕੇ ਆਉਂਦੇ ਹੁੰਦੇ ਆ ਮਿਲਦੇ ਹੁੰਦੇ ਆ ਹੈਲੋ ਕਰਦੇ ਆ ਸਤਿ ਸ਼੍ਰੀ ਅਕਾਲ ਕਰਦੇ ਆ ਉਸ ਦਿਨ ਕੀ ਹੋਇਆ ਤੁਸੀਂ ਬਿਲੀਵ ਨਹੀਂ ਕਰਨਾ ਸਾਨੂੰ ਪਹਿਲਾਂ ਵੀ ਪਤਾ ਸੀ ਵੀ ਪੰਗਾ ਪੈਣਾ ਨਾ ਇਹ ਬੰਦੇ ਬੈਠੇ ਸੋਫੇ ਤੇ ਬੈਠ ਗਏ ਜਾ ਕੇ ਪਿੱਛੇ ਤੇ ਆਏ ਨਹੀਂ ਸਾਨੂੰ ਮਿਲਣ ਨਹੀਂ ਆਏ ਫਿਰ ਫੇਸ ਜਿਹਾ ਬਣਾ ਕੇ ਮੂੰਹ ਜਿਹਾ ਬਣਾ ਕੇ ਬੈਠੇ ਤੇ ਸਹਿਜ ਨੂੰ ਜਾਂਦੇ ਇਸ਼ਾਨ ਕਹਿੰਦਾ ਕਹਿੰਦਾ ਹੁਣ ਫਿਰ ਮੈਂ ਪ੍ਰੋਮਿਸ ਕਰਨਾ ਪਿਆ ਮੈਂ ਕਿਹਾ ਓਕੇ ਨੈਕਸਟ ਟਾਈਮ ਤੁਹਾਨੂੰ ਲੈ ਕੇ ਜਾਊਂਗਾ ਡੈਡੀ ਹਾਂਜੀ ਗੁਰਜੀਤ ਭਾਈ ਬਹੁਤ ਮਿਹਰਬਾਨੀ ਸਰ ਥੈਂਕ ਯੂ ਤੁਸੀਂ ਅੰਕਲ ਨੂੰ ਹੋਰ ਕੁਝ ਪੁੱਛਣਾ ਡੈਡੀ ਅੰਕਲ ਜੀ ਨਾਲ ਗੱਲ ਕਰਨੀ ਆ ਓਕੇ ਮੇਰੇ ਨਾਲ ਕਰ ਲਓ ਪਹਿਲਾਂ ਉਹ ਕਹਿੰਦਾ ਪੰਜਾਬੀ ਚ ਗੱਲ ਕਰ ਨਵੇਂ ਮਾਈਕ ਕਿੱਥੋਂ ਲਏ ਤੁਸੀਂ ਓਲਡ ਵਾਲੇ ਆ ਬਟ ਉਹਨੂੰ ਫਿਕਸ ਕੀਤਾ ਹਨਾ ਅੰਕਲ ਨੇ ਹੋਰ ਕੋਈ ਗੱਲ ਕਰਨੀ ਅੰਕਲ ਤੁਸੀਂ ਦੱਸੋ ਗੁਰਜੀਤ ਜੀ ਨੂੰ ਦੱਸੋ ਅੰਕਲ ਜੀ ਤੁਸੀਂ ਕੀ ਕਹਿਣਾ ਹੋਰ ਮਾਈਕ ਦੇ ਵਿੱਚ ਅੰਕਲ ਕਿੰਨਾ ਕਿੰਨੇ ਓਲਡ ਕਿੰਨੀ ਉਮਰ ਏਜ ਆ ਤੇਰੀ ਤੂੰ ਕਿੰਨਾ ਓਲਡ ਆ ਆਮ ਅਸੀਂ 6 ਇਅਰ ਓਲਡ ਆ ਨਾ ਦੋਨੇ ਜਣੇ 6 ਇਅਰ ਓਲਡ ਆ ਮੈਂ ਟਵਿਨ ਹੈ ਨੋ ਦੋਨੋਂ 6 ਇਅਰ ਕਿਦਾਂ ਹੋ ਸਕਦੇ ਆ ਬਟ ਆਮ ਸਟਰੋਂਗ ਅਸੀਂ ਟਵਿਨਸ ਹੋ ਗਏ ਤੁਸੀਂ ਟਵਿਨਸ ਆ ਫਿਰ ਮੈਂ ਟਵਿਨ ਹੈਫ ਮਿਨਿਟ ਸ਼ਾਨਾ ਬਿਗਰ ਆ ਕਿੰਨੇ ਮਿੰਟ 2.5 ਮਿੰਟ ਹਾਂਜੀ ਬਿਗਰ ਅਰਮਾਨ ਜਿਹੜਾ ਆ ਉਹ ਇਸ਼ਾਨ ਨਾਲੋਂ 2.5 ਮਿੰਟ So you can give him a healthy food too, okay? ਤੁਹਾਡੇ ਚ ਸਟਰੋਂਗ ਕੌਣ ਹੈ ਜ਼ਿਆਦਾ
ਸ਼ਾਨ ਸਾਰੇ ਦਿਨ ਮੈਨੂੰ ਫਾਈਟ ਕਰਦਾ ਹੈ ਦੈਨ ਮੇਰੇ ਕਿੱਕ ਕਰਦਾ ਕਿੱਕ ਕਰਦਾ ਮੇਰੇ ਟਮੀ ਤੇ ਦੈਨ ਮੈਂ ਮੈਨੂੰ ਦੈਨ ਮੇਰੇ ਹਰਟ ਹੁੰਦਾ ਹੈ ਟਮੀ ਤੇ ਬਟ ਵਨਸ ਵਾ ਮੈਂ ਜੰਕ ਫੂਡ ਖਾਦਾ ਸੀ ਪੱਪੂ ਆ ਗਏ ਓਕੇ ओके चलो ठीक है गुरजीत जी मेरे नाल दो तीन कॉलर हो रहे हैं जी आप देखते हैं की कहते हैं बाकी कॉलर ओके जी थैंक यू सो मच सर थैंक यू तुझे कॉल किया धन्यवाद जी हाँ जी नेक्स्ट कॉलर दलजीत निज्जर हेलो हाँ जी सत श्री अकाल जी ओके आंटी कहते हैं अपना नंबर कि डेटा का नंबर पंजाबी ओके पहला ईशान दसूगा नो ओके चल अरमान दसूगा पहला इंग्लिश कि बोलते हैं ओके ईशान दी टर्न इंग्लिश विच तो बहुत चल रहा है इंग्लिश विच तो बहुत डेडा दा फोन नंबर की है इंग्लिश विच इंग्लिश 6474006862 ओके दैट्स गुड यू ना 62 ओके जी थैंक यू बहन जी हां जी हां जी कुछ और गल करनी जी सुन दे गल आसी बड़ा मैं क्या बड़ा केड़ा किंदा सी मैं बड़ा है ओ ए अरमान ने 2 मिनट 2.5 मिनट बड़ा है जी कहंदा 2 एंड 1/2 मिनट बड़ा इस से जी मैंने बड़ा आया ਸਹਿਜੀ ਸਾਰਿਆਂ ਨਾਲੋਂ ਵੱਡਾ ਆ ਯਾ ਬੱਟ ਸਹਿਜੀ ਮੈਨੂੰ ਮਾਰਦਾ ਬੱਟ ਮੈਂ ਸਟਰੋਂਗ ਨਹੀਂ ਆ ਬੱਟ ਵਨ ਸੀ ਵਨ ਓਕੇ ਤੁਸੀਂ ਦੋਨੇ ਜਦੋਂ ਟੀਮ ਅਪ ਹੋ ਜਾਂਦੇ ਆ ਫਿਰ ਤੁਸੀਂ ਸਹਿਜੀ ਨੂੰ ਵੀ ਕੁੱਟਦੇ ਆ ਯਾ ਵਨ ਸੀ ਟੀਮ ਅਪ ਹੁੰਦੇ ਉਹ ਬਹੁਤ ਵਨ ਸੀ ਬੈਟ ਤੋਂ ਨੂੰ ਫਾਈਟ ਕਰਦੇ ਆ ਮੈਂ ਵਨ ਮੈਨੂੰ ਪੁਸ਼ ਕਰਦਾ ਤੇ ਉਹ ਦੇ ਮੇਰੇ ਹਰਟ ਹੁੰਦਾ ਬੈਕ ਤੇ ਓਕੇ ਚਲੋ ਕੋਈ ਨਹੀਂ ਹਾਂਜੀ ਠੀਕ ਹੈ ਜੀ ਬਹੁਤ ਲੜਦੇ ਆ ਜੀ ਬਹੁਤ ਜ਼ਿਆਦਾ ਲੜਦੇ ਆ ਠੀਕ ਹੈ ਭੈਣ ओके जी शुक्रिया जी थैंक यू सो मच ते अपने नाल दो कॉलर ने आपा देखदे हां जी कौन ने नेक्स्ट कॉलर पैन जी कश्मीर होरी ने जी हां दो हेलो हां जी सत श्री अकाल पैन जी हां जी बच्चियां नु ठीक ठाक आज नाल ले आंदे हैं बच्चे आज लेओणे पै जी मैं प्रॉमिस कीता सीगा फिर मैं क्या हुन छुट्टी सी इनां नु पर हुन छुट्टियां हो गईयां बहुत सोहणी सोहणी प्यारी प्यारी आवाज आ हेलो अरमान शान चलो करो आंटी हेलो आंटी जी सतिकाल पुत बहुत बहुत प्यार तुहानू इन्नी सोहनी आवाज लगदी पई है बहुत बच्चे तुसी प्यारे लगदे आ बोल दे सफेद तुसी पढ़न जांदे सी थैंक यू आंटी किन्नी सोहनी आवाज आ है मैं लम्बे पई हुई सी बेड ते तां मैं भज्जी गई आ रेडियो वल मैं क्या सुना बच्चिया दी आवाज आउंदी आ छोटा रेडियो मेरा जेड़ा सी ओ बंद हो गया अच्छा। पता नहीं चार्जिंग नू कोई नुक्स पै गया ते फिर मैं बड़े रेडियो नू दो लायो सी हां जी ओथो आवाज सुनी फिर मैं उधर नू कही मैं क्या ये ता लगदे अज सहज नहीं आया अरमान ते शान होने आ दोनों ही है ना हां जी सी आंटी कहंदे तुहाडी नहीं सहजी आंदा आ सहजी ने भी आना आ मम्मा दे नाल आना हां जी ओने फिर मम्मा दे नाल आना उन्हें नू पिक करना ओ अच्छा वो सहजी सन्नू रूम आ गया ਲੰਮਾ ਪੈਂਦਾ ਦੈਨ ਅਸੀਂ ਉਹ ਨੌਕਡਾਊਨ ਹੋ ਗਿਆ ਅਸੀਂ ਤੁਸੀਂ ਨੌਕਡਾਊਨ ਕਰਤਾ ਸੱਜੀ ਨੂੰ ਹਾਂਜੀ ਉਹ ਥਲੇ ਉਹ ਨੌਕ ਕਿਆ ਡਾਊਨ ਹੋ ਗਿਆ ਦੈਨ ਅਸੀਂ ਸਟਰੋਂਗ ਗੰਦੇ ਉਹ ਨੌਕਡਾਊਨ ਕਰਨਾ ਤੁਸੀਂ ਦੋਨੇ ਜਣੇ ਸਟਰੋਂਗ ਆ ਡੈਡੀ ਉਹ ਅਸੀਂ ਉੱਠਦੇ ਮਾਰਨਿੰਗ ਤੇ ਸੱਜੀ ਅਸ ਨੂੰ ਪਲੇ ਕਰਦਾ ਉਹਨੂੰ ਐਕਸਬਾਕਸ ਤੇ ਉਹਦੇ ਅੱਛਾ ਅਸੀਂ ਉਹਦੇ ਪ੍ਰੈਕਟਿਸ ਕਰਦੇ ਹਾਂ ਤੇ ਉਹਦੇ ਐਕਸਬਾਕਸ ਐਨੀ PS5 ਯਾ ਐਨੀ ਚੀਚ ਆਸ ਐਵਰੀ ਸੇ ਯੈਸ ਯੂ ਕੈਨ ਪਲੇ ਫੋਰਟਨਾਈਟ ਦੇ ਨੋ ਉਹ ਕਹਿੰਦਾ ਕਿਦਾ ਬਟਨ ਪ੍ਰੈਸ ਕਰਨਾ ਕਿਦਾ ਬਿਲਡਿੰਗ ਕਿਦਾ ਰੂਫ ਦੈਨ ਕਿਦਾ ਸ਼ੂਟ ਕਰਨਾ ਉਹ ਸਾਰਾ ਇਦਾਂ ਕਰਦਾ ਆ ਹਾਂਜੀ ਉਹ ਉਸ ਨੂੰ ਟੀਚ ਕਰਦਾ ਸਾਰਾ ਬਾਡੀ ਐਨੀ ਗੇਮ ਉਸ ਸਾਰੀ ਗੇਮ ਆ ਐਕਸਬਾਕਸ ਨਹੀਂ ਬਟ ਸਾਰਾ ਦਿਨ ਤੁਸੀਂ ਗੇਮ ਹੀ ਖੇਡਦੇ ਆ ਉਹ ਮਾਈਨਕ੍ਰਾਫਟ ਓਕੇ ਆਪਾਂ ਕੱਲ ਕਿਹੜੀ ਮੂਵੀ ਦੇਖਿਆ ਸੀਗਾ ਗੋਡਜ਼ਿਲਾ ਵਰਸਸ ਕਿੰਗ ਓਕੇ ਚਲ ਆਪਾਂ ਨੈਕਸਟ ਫੇਰ ਦੱਸਦੇ ਆ ਉਹ ਵੀ ਆਂਟੀ ਨੂੰ ਦੱਸਦੇ ਆ ਆਂਟੀ ਨੂੰ ਪੁੱਛੋ ਪਹਿਲਾਂ ਆਂਟੀ ਨਾਲ ਵੀ ਗੱਲ ਕਰ ਲਓ ਓਕੇ ਕਿ ਆਂਟੀ ਜੀ ਕੋਈ ਗੱਲ ਕਰਨੀ ਅਰਮਾਨ ਹਾਂਜੀ ਤੁਸੀਂ ਜੰਕ ਫੂਡ ਤਾਂ ਨਹੀਂ ਖਾਂਦੇ ਨਹੀਂ ਅਸੀਂ ਥੋੜੇ ਖਾਂਦੇ ਆ ਵੈਰੀ ਗੁੱਡ ਰੋਟੀ ਵੀ ਖਾਂਦੇ ਆ ਹਾਂਜੀ ਬਹੁਤ ਫੇਰ ਤਾਂ ਸਟਰੋਂਗ ਹੋ ਜਾਣਾ ਪੁੱਤ
ਬਹੁਤ ਪਿਆਰੇ ਬਹੁਤ ਸੋਹਣੇ ਪਰਮਾਤਮਾ ਰਾਜੀ ਖੁਸ਼ੀ ਰੱਖੇ ਤੁਹਾਨੂੰ ਲੰਮੀਆਂ ਲੰਮੀਆਂ ਉਮਰਾਂ ਕਰੇ ਹੈ ਬਹੁਤ ਬਹੁਤ ਪੜ੍ਹਨਾ ਪੁੱਤ ਓਕੇ ਬਾਏ ਥੈਂਕ ਯੂ ਤੂੰ ਵੀ ਕਰਦੇ ਸਨੀ ਆਂਟੀ ਥੈਂਕ ਯੂ ਬਾਏ 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 ਆਂਟੀ ਜੀ ਬਾਏ 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 ਪੁੱਤ ਜੀ ਬਾਏ ਬਾਏ ਥੈਂਕ ਯੂ ਭੈਣ ਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਨੂੰ ਲੱਗਦਾ ਇੱਕ ਹੁਣ ਹੋਰ ਬੇਬੀ ਆ ਗਿਆ ਇੱਥੇ ਨਾਲ ਆਪਣੇ ਹੈਲੋ 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 ਕੌਣ ਆ ਤੁਸੀਂ ਕੌਣ ਬੋਲਦੇ ਪ੍ਰਬਲੀਨ ਕੌਰ ਓ ਪ੍ਰਬਲੀਨ ਆ ਗਈ ਸੀ ਸੋ ਹੈਲੋ ਕਰੋ ਪ੍ਰਬਲੀਨ ਨੂੰ ਹਾਈ ਪ੍ਰਬਲੀਨ ਹਾਈ ਪ੍ਰਬਲੀਨ ਹੈਲੋ ਕਿ ਤੁਸੀਂ ਕੀ ਕਰਦੇ ਆ ਗੱਲ ਕਰੋ ਤਾਂ ਪ੍ਰਬਲੀਨ ਪ੍ਰਬਲੀਨ ਹਾਂਜੀ ਹਾਊ ਓਲਡ ਆਰ ਯੂ ਨਾਓ 6 ਓ ਵੀ 6 ਸਾਲ ਦੀ ਆ ਉਹ ਵੀ 6 ਇਅਰ ਹੋ ਗਿਆ ਉਹ ਵੀ 6 ਇਅਰ ਆ ਓਕੇ ਤੁਸੀਂ ਵੀ 6 ਆ ਪ੍ਰਬਲੀਨ ਵੀ 6 ਇਅਰ 올ਡ ਆ ਓਕੇ ਹੁਣ ਪੁੱਛੋ ਪ੍ਰਬਲੀਨ ਕੀ ਕਰਦੀ ਆ ਉਹਨੂੰ ਪੁੱਛੋ ਕਿ ਸਕੂਲ ਨਹੀਂ ਗਈ ਪ੍ਰਬਲੀਨ ਸਕੂਲ ਨਹੀਂ ਗਿਆ ਤੁਸੀਂ ਆਨਲਾਈਨ ਮੇਰੀ ਕਲਾਸ ਖਤਮ ਹੋ ਗਈ ਓ ਨਹੀਂ ਨਹੀਂ ਵੈਸੇ ਅੱਜ ਛੁੱਟੀ ਆ ਨਾ ਅੱਜ ਛੁੱਟੀ ਆ ਹਾਂ ਅੱਜ ਤਾਂ ਅੱਜ ਉਹਨੂੰ ਚਿੱਤਾ ਭੁੱਲ ਗਿਆ ਪ੍ਰਬਲੀਨ ਪੰਜਾਬੀ ਚ ਗੱਲ ਕਰੋ ਓਕੇ ਅਰਮਾਨ ਤੁਸੀਂ ਕਰੋ ਗੱਲ ਹਾਂ ਉਹਨੂੰ ਪੁੱਛੋ ਕੀ ਕਰਨਾ ਤੂੰ ਕਿਉਂ ਨੀ ਗੱਲ ਕਰਨਾ ਈਸ਼ਾਨ ਨੀ ਗੱਲ ਕਰਨਾ ਓਕੇ ਚਲੋ ਆਪਾਂ ਥੋੜੀ ਦੇਰ ਵੇਟ ਕਰੋ ਫਿਰ ਪ੍ਰਬਲੀਨ ਦੀ ਗੱਲ ਸੁਣਦੇ ਹਾਂ ਪਹਿਲਾਂ ਇੱਕ ਮਿੰਟ ਵੇਟ ਕਰੋ ਆਪਾਂ ਪ੍ਰਬਲੀਨ ਦੀ ਗੱਲ ਸੁਣਦੇ ਹਾਂ ਹਾਂਜੀ ਪ੍ਰਬਲੀਨ ਤੁਸੀਂ ਕੀ ਕਹਿਣਾ ਹੈਲੋ ਪ੍ਰਬਲੀਨ ਕੀ ਕਹਿਣਾ ਤੁਸੀਂ ਕੀ ਪੜ੍ਹਦੇ ਸੀ ਅੱਜ ਮੈਂ ਪੜ੍ਹਦੀ ਨਹੀਂ ਸੀ ਅੱਜ ਛੁੱਟੀ ਸੀਗੀ ਹਾਂਜੀ ਮੈਨੂੰ ਤਿਆਰ ਓਕੇ ਅੱਜ ਤੁਸੀਂ ਬ੍ਰੈਕਫਾਸਟ ਕੀ ਖਾਦਾ ਸੀ ਬ੍ਰੈਕਫਾਸਟ ਪਨੀਰ ਦੀ ਸਬਜ਼ੀ ਤੇ ਫੁਲਕਾ ਓ ਪਨੀਰ ਦੀ ਸਬਜ਼ੀ ਤੇ ਅਰਮਾਨਿਸ਼ਾ ਨੂੰ ਪੁੱਛੋ ਤਾਂ ਕੀ ਖਾਦਾ ਇਹਨਾਂ ਨੇ ਅਸੀਂ ਅੰਡਾ ਪ੍ਰਬਲੀਨ ਇਹ ਅਸੀਂ ਅੰਡਾ ਵੀ ਬਣਾ ਸਕਦੇ ਹਾਂ ਓਕੇ ਡਿਨਰ ਛੇਤੀ ਕਰ ਲੈਣਾ ਓਕੇ ਤੁਹਾਨੂੰ ਪਤਾ ਆ ਚਲੋ ਠੀਕ ਆ ਓਕੇ ਪ੍ਰਬਲੀਨ ਥੈਂਕ ਯੂ ਕੁਛ ਹੋਰ ਗੱਲ ਕਰਨਾ ਤੁਸੀਂ ਗੁਰਪ੍ਰਕਾਸ਼ ਤੇ ਪ੍ਰਬਲੀਨ ਦੀ ਛੋਟੀ ਸਿਸਟਰ ਉਹਦੀ ਛੋਟੀ ਭੈਣ ਆ ਉਹਦਾ ਨਾਂ ਗੁਰਪ੍ਰਕਾਸ਼ ਆ ਓਕੇ ਇੱਕ ਮਿੰਟ ਬੇਬੀ ਉਧਰ ਗੱਲ ਕਰੋ ਪਹਿਲਾਂ ਹੈਲੋ ਗੰਗਾ 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 ਜਿਸ
चलो ठीक है ओके गुरु प्रकाश थैंक यू सो मच बेबी ओके बाय बाय कर दो हूं बाय बाय कर बाय बाय प्रबलीन एंड गुरु प्रकाश बाय बाय जी थैंक यू ओके ओके आप थोड़ी देर च गल करते हैं ओके वेट करो ओके जी बाय बाय थैंक यू तो दोस्तों समय इस वे 3:40 हरजिंदर गिल शो के जुड़े हुए हो उम्मीद करते हैं कि अब थोड़ा जहाँ अभी बच्चे मानते सच्चे सैगमेंट अब एक्सटेंडेड सैगमेंट अब बच्चों के लिए गल करते करते आई होप के तुम भी पसंद कर रहे होने कुछ संदेश साझी करके फिर दोबारा जुड़ते हैं इस तरह ही जुड़े रहना 1350 AM तो फिर उस बाद उड़ा जड़ा सुनते हैं अरमान निशान के कोलों भी नाले सोंग नाले फिर इन्होंने कोलों भी सुना के देखते इन्हों आता फोन नंबर है जी स्टूडियो 905-601-1350 जेकर तुम्हें भी गल करनी हो इस वे दोस्तों समा 3:46 हो गए हैं हरजिंदर गिल शो के जुड़े हुए हो स्टूडियो का नंबर 905-601-1350 अरमान ते ईशान अज मेरे नाल स्टूडियो ने अगर तुम भी चाहते हो इन्हों के नाल गल करन लई या थोड़े परिवार के कोई बच्चे अज छुट्टी भी है अच्छा अरमान होर भी बच्चे होने अज घर है ना तुम उन्होंने कहना चाहते हो भी साढ़े नाल गल करन लई कॉल करो किदां कहोगे तुम चाहते कोई होर बच्चे थोड़े नाल गल्लां करन इधर देखो माइक च माइक वाल गल करो हाँ जी तुम टायर्ड हो गया लगता ना हेलो की नाम है थोड़ा शॉन अच्छा तुसी गल करनी अरमान ते ईशान ना हाँ जी ओके करो अरमान देखो क्या हेलो शान हेलो शान शान है पूरा नाम दसो दोबारा हेलो शान सिंह देओल शान सिंह गिल शान सिंह देओल मेनू समझ नहीं लगी शान सिंह देओल देओल बेबी पता नहीं सी
ਓਕੇ ਚਲੋ ਉਹਨੂੰ ਉਹਨੂੰ ਹੁਣ ਆਪਣੇ ਤੁਸੀਂ ਬਾਏ ਬਾਏ ਕਰ ਦਿਓ ਸ਼ਾਨ ਨੂੰ ਓਕੇ ਬਾਏ ਸ਼ਾਨ ਬਾਏ ਬਾਏ ਵੀ ਨਾ ਫੇਰ ਥੈਂਕ ਯੂ ਸੋ ਦੋਸਤੋ ਅਗਰ ਹੋਰ ਵੀ ਤੁਹਾਡੇ ਬੱਚੇ ਕੋਈ ਗੱਲ ਕਰਨੀ ਚਾਹੁੰਦੇ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ 905-601-1350 ਬਸ ਹੁਣ ਅਸੀਂ 10 ਮਿੰਟ ਦੇ ਵਿੱਚ ਵਾਇੰਡ ਅਪ ਕਰ ਦੇਣਾ ਸਾਡਾ ਇਹ ਸੈਗਮੈਂਟ ਜਿਹੜਾ ਬੱਚੇ ਬਣਦੇ ਸੱਚੇ ਅਤੇ ਮੈਨੂੰ ਲੱਗਦਾ ਹੁਣ ਬੱਚੇ ਵੀ ਟਾਇਰਡ ਹੋ ਗਏ ਹੈ ਨਾ ਟਾਇਰਡ ਹੋ ਗਿਆ ਕਿ ਬੋਰ ਹੋ ਗਿਆ ਅਰਮਾਨ ਟਾਇਰਡ ਨਹੀਂ ਨਹੀਂ ਆਉਂਦਾ ਸਲੀਪ ਕਰਨਾ ਜੀ ਇੱਥੇ ਸਲੀਪ ਕਰਨਾ ਸਟੂਡੀਓ 'ਚ ਵਾਈ ਤੁਸੀਂ ਵੀ ਨਾਲ ਬੋਲਿਓ ਉਹਨੂੰ ਫੋਲੋ ਕਰੋ ਉਹਨੂੰ ਫੋਲੋ ਕਰੋ ਤੁਸੀਂ ਉਹਨੂੰ ਫੋਲੋ ਕਰੋ ਨੰਨਾ ਚਲੋ ਤੁਸੀਂ ਸੁਣਾਓ ਹੁਣ ਅੱਗੇ ਓਕੇ ਉੜਾ ਨਾ ਆਈ ਵਾਂਟ ਟੂ ਗੋ ਫਰਸਟ ਓਕੇ ਚੰਬ ਅਰਮਾਨ ਤੁਸੀਂ ਉਹਨੂੰ ਸੁਣੋ ਨਾਲ ਫੋਲੋ ਕਰੋ ਓਕੇ ਉੜਾ ਐੜਾ ਈੜੀ ਸਸਾ ਹਾ ਹਾ ਖਖਾ ਖਖਾ ਗੱਗਾ ਗੱਗਾ ਨਿੰਗ ਛੱਛਾ ਛੱਛਾ ਜੱਜਾ ਜੱਜਾ ਨਿੰਗ ਟੈਂਕਾ ਠੱਠਾ ਡੱਡਾ ਡੱਡਾ ਨਾਣਾ ਬਾਅਦ ਠੀਕ ਹੈ ਓਕੇ ਹੁਣ ਓਕੇ ਓਕੇ ਬਾਏ ਬਾਏ ਹੁਣ ਲਈ ਸੋ 2:53 ਹਰਜਿੰਦਰ ਗਿੱਲ ਸ਼ੋਅ 1350 AM ਦੇ ਉੱਪਰ ਤੁਸੀਂ ਸੁਣ ਰਹੇ ਹੋ ਤੇ ਉਮੀਦ ਕਰਦੇ ਹਾਂ ਕਿ ਬੱਚਿਆਂ ਦੀਆਂ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਤੁਹਾਨੂੰ ਚੰਗੀਆਂ ਲੱਗ ਰਹੀਆਂ ਹੋਣੀਆਂ ਫੋਰ ਆਲ ਆਰ ਲੇਟੈਸਟ ਅਪਡੇਟਸ ਪਲੀਜ਼ ਸਬਸਕ੍ਰਾਈਬ ਜੀ ਮੀਡੀਆ ਗਰੁੱਪ ਯੂਟਿਊਬ ਚੈਨਲ ਐਂਡ ਪ੍ਰੈਸ ਦੀ ਬੈਲ ਆਈਕਨ